ਪਟਿਆਲਾ ਵਿੱਚ 900 ਦੇ ਕਰੀਬ ਸਰਕਾਰੀ ਕਾਲਜਾਂ ਵਿੱਚ ਕੰਮ ਕਰਨ ਵਾਲੇ ਗੈਸਟ ਫੈਕਲਟੀ ਪ੍ਰੋਫੈਸਰਾਂ ਨੂੰ ਪਿਛਲੇ 6 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਕਾਰਨ ਉਹ ਇਸ ਵਾਰ ਕਾਲੀ ਦੀਵਾਲੀ ਮਨਾਉਣ ਲਈ ਮਜਬੂਰ ਨੇ। ਇਸੇ ਨੂੰ ਲੈ ਕੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਅਤੇ ਸਰਕਾਰ ਨੂੰ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਕਿਹਾ ਤਾਂ ਕਿ ਉਹ ਵੀ ਦੂਜੇ ਲੋਕਾਂ ਵਾਂਗ ਦੀਵਾਲੀ ਮਨਾ ਸਕਣ। ਇਸ ਮੌਕੇ ਉਹਨਾਂ ਨੇ ਕਾਲੇ ਰਿਬਨ ਲਗਾ ਕੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕੀਤਾ। मीना गोयल, मैं सरकारी महिंद्रा कॉलेज में पिछले 12 सालों तो बतौर गेस्ट फैकल्टी लेक्चरर सोशियोलॉजी डिपार्टमेंट में काम कर रही हूँ। असी अब की बार काली दिवाली मनाने का फैसला किया है क्योंकि पिछले 6 महीने से सरकार ने साड़ी तनख्वाह नहीं दीतियाँ। बच्चे डिमांडा करते हैं दिवाली पर कोई गिफ्ट लेके दो, कहाँ से गिफ्ट लेके दिए उन्हें, अच्छे स्कूलों में तो असं पढ़ा नहीं सकते। ता करके असी फैसला किया भी अब की बार साढ़े घर चलाने मुश्किल हो पड़े हैं, बच्चों को असी अच्छी एजुकेशन नहीं दे सकते। पढ़े लिखे माँ बाप होने के बावजूद भी असी अपने बच्चों को कोई भी सहूलत जो है प्रोवाइड नहीं कर सकते। इसी करके साड़ी बेनती है सरकार से कि सानू जो है कम से कम इतना दिया जाए कि हम अपने घर चला सके। अब मैं पिछले 12 सालों से जो है महिंद्रा कॉलेज में जॉब कर रही हैं, ओवर एज भी हो गई हैं क्योंकि मेरी इस समय कंडीशन ऐसी है ना, हम ये नौकरियाँ छोड़ सकते हैं और ना घर बैठ के साढ़े गुजारे हैं। ता करके सरकार से फिर एक बार फिर बेनती करते हैं कि सानू कुछ ना कुछ साढ़े बारे सोचा जाए, ਨਾਲੇ ਸਾਡੀ ਡਿਮਾਂਡਾਂ ਜੋ ਹੈ ਉਹ ਪੂਰੀ ਕੀਤੀਆਂ ਜਾਣ। ਸਾਨੂੰ ਜਿਹੜੀ 2600 ਜਿਹੜੀ ਤਨਖਾਹ ਵੀ ਮਿਲਦੀ ਹੈ, ਇੱਕ ਪਾਸੇ ਤਾਂ ਜਿਹੜੇ ਜੇ ਇੱਕ ਐਂਟਰੀ ਲੈਵਲ ਦੇ ਉੱਤੇ ਇੱਕ ਪ੍ਰੋਫੈਸਰ ਨੂੰ ਭਰਤੀ ਕਰਦੇ ਆ ਤਾਂ ਉਹਦੀ ਤਨਖਾਹ ਜਿਹੜੀ ਹੁੰਦੀ ਹੈ 28,000 ਤੋਂ ਵੱਧ ਕੇ ਜਿਹੜੀ ਹੁਣ 57,000 ਪਲੱਸ ਜਿਹੜੀ ਕਰ ਦਿੱਤੀ ਗਈ ਹੈ। ਜੇ ਉਹਦੇ ਅਲਾਉਂਸ ਜਿਹੜੇ ਪਾ ਦਿੱਤੇ ਜਾਣ, ਭੱਤੇ ਜਿਹੜੇ ਦੂਜੇ ਪਾ ਦਿੱਤੇ ਜਾਣ, ਤਾਂ ਉਹ ਮਿਲਾ ਕੇ 1,00,000 ਪਲੱਸ ਜਿਹੜੀ ਤਨਖਾਹ ਉਹਦੀ ਜਾਂਦੀ ਹੈ। ਪਹਿਲੀ ਗੱਲ ਤਾਂ ਸਾਨੂੰ ਤਨਖਾਹ ਜਿਹੜੀ ਬਹੁਤ ਹੀ ਨਾਮਾਣੀ, ਜਿਹਨੂੰ ਕਹਿੰਦੇ ਵੀ ਕੁਛ ਤਨਖਾਹ ਹੈ ਹੀ ਨਹੀਂ, ਉਹ 21,600 ਰੁਪਇਆ ਦਿੱਤਾ ਜਾਂਦਾ, ਉਹ ਵੀ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ। 11,600 ਬੱਚਿਆਂ ਤੋਂ ਲੈਂਦੇ ਆ, 10,000 ਰੁਪਇਆ ਖਰਚ ਸਰਕਾਰੀ ਖਜ਼ਾਨੇ 'ਚ ਆਉਂਦਾ। ਪਰ ਹੁਣ ਕਾਲੀ ਦੀਵਾਲੀ ਅਸੀਂ ਇਸ ਲਈ ਮਨਾ ਰਹੇ ਹਾਂ ਕਿ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਸਰਕਾਰੀ ਫੰਡ 'ਚੋਂ ਜਿਹੜਾ ਸਾਡਾ ਆਉਣ ਵਾਲਾ ਪੈਸਾ ਹੈ, ਸਾਨੂੰ ਉਹਦੇ 'ਚੋਂ 1 ਰੁਪਇਆ ਨਹੀਂ ਮਿਲਿਆ ਜੀ। ਜਿਹਦੇ ਵਿੱਚ ਮਈ ਜੂਨ ਦੀਆਂ ਜਿਹੜੀਆਂ ਵਕੇਸ਼ਨ ਸੀਗੀਆਂ, ਛੁੱਟੀਆਂ ਸੀਗੀਆਂ, ਉਹਦੇ ਵਿੱਚ ਸਾਨੂੰ 21,600 ਮਈ ਅਤੇ ਜੂਨ ਦਾ ਉਹ ਪੂਰੇ ਦੇ ਪੂਰੇ ਪੈਸੇ ਜਿਹੜੇ ਆਉਣੇ ਸੀਗੇ ਉਹ ਸਰਕਾਰੀ ਖਜ਼ਾਨੇ ਦੇ ਵਿੱਚੋਂ ਆਉਣੇ ਸੀਗੇ। ਉਸ ਤੋਂ ਬਾਅਦ ਮਈ ਜੂਨ ਜੁਲਾਈ ਅਗਸਤ ਸਪਤੰਬਰ ਸਪਤੰਬਰ ਮਹੀਨੇ ਤੱਕ ਹੁਣ ਸਾਡਾ ਕੋਈ ਪੈਸਾ ਨਹੀਂ ਆਇਆ। ਅਕਤੂਬਰ ਮਹੀਨਾ ਵੀ ਦੇਖੋ, ਅੱਜ 15 ਤਰੀਕ ਹੋ ਗਈ, ਅਜੇ ਤੱਕ ਸਰਕਾਰ ਵੱਲੋਂ ਕੋਈ ਵੀ ਇਸ ਤਰ੍ਹਾਂ ਦਾ ਸਾਡਾ ਪੈਸਾ ਦੇਣ ਦਾ ਕੋਈ ਵੀ ਹਾਂ ਪੱਖੀ ਜਿਹਨੂੰ ਕਹਿੰਦਾ ਪੋਜ਼ਿਟਿਵ ਐਟੀਟਿਊਡ ਜਿਹੜਾ ਨਹੀਂ ਦਿਖ ਰਿਹਾ। ਸੋ ਅਸੀਂ ਕੀ ਕਰੀਏ, ਅਸੀਂ ਸ਼ਾਂਤਮਈ ਤਰੀਕੇ ਨਾਲ ਅੱਜ ਕਾਲੇ ਜਿਹੜੇ ਰਿਬਨ ਬੰਨ ਕੇ ਕਾਲੀ ਦੀਵਾਲੀ ਮਨਾਉਣ ਦਾ ਜਿਹੜਾ ਪ੍ਰਣ ਕੀਤਾ, ਅਤੇ ਸਰਕਾਰ ਨੂੰ ਅਸੀਂ ਕਹਿ ਰਹੇ ਹਾਂ, ਅਸੀਂ ਮੈਸੇਜ ਦੇ ਰਹੇ ਹਾਂ ਵੀ ਸਾਡੀ ਜਿਹੜੀਆਂ ਡਿਮਾਂਡ, ਸਾਡੀਆਂ ਜੈਨੂਅਨ ਡਿਮਾਂਡਸ ਨੇ, ਹਾਇਰ ਐਜੂਕੇਸ਼ਨ ਦਾ ਬੜਾ ਹੀ ਬੁਰਾ ਹਾਲ ਹੋ ਚੁੱਕਿਆ 1996 ਤੋਂ ਬਾਅਦ। ਸਰਕਾਰੀ ਕਾਲਜਾਂ ਦੇ ਵਿੱਚ ਕਈ ਕਾਲਜਾਂ ਦਾ ਇੰਨਾ ਕੁ ਬੁਰਾ ਹਾਲ ਹੈ, ਤੁਸੀਂ ਸਰਵੇ ਕਰਕੇ ਦੇਖ ਸਕਦੇ ਹੋ ਕਿ ਉੱਥੇ ਇੱਕ ਵੀ ਜਿਹੜਾ ਰੈਗੂਲਰ ਸਟਾਫ ਨਹੀਂ ਹੈਗਾ। ਬਹੁਤ ਸਾਰੇ ਪੰਜਾਬ ਦੇ ਜਿਹੜੇ ਕਾਲਜ ਹੈ ਜਿੱਥੇ ਗੈਸਟ ਫੈਕਲਟੀ ਹੀ ਕਾਫੀ ਲੰਬੇ ਸਮੇਂ ਤੋਂ ਕਾਲਜਾਂ ਨੂੰ ਚਲਾ ਰਿਹਾ, ਕਈ ਕਾਲਜਾਂ ਦੇ ਵਿੱਚ ਈਵਨ ਪ੍ਰਿੰਸੀਪਲ ਵੀ ਨਹੀਂ ਹੈਗੇ। ਫੋਰ ਗੁੱਡ ਹੈਲਥ ਪਲੀਜ਼ ਸਬਸਕ੍ਰਾਈਬ ਏਵਨ ਹੈਲਥ ਕੇਅਰ, ਫੋਰ ਬੈਟਰ ਮਿਊਜ਼ਿਕ ਸਬਸਕ੍ਰਾਈਬ ਏਵਨ ਮਿਊਜ਼ਿਕ, ਫੋਰ ਬੈਸਟ ਇਨਫੋਰਮੇਸ਼ਨਲ ਪ੍ਰੋਗਰਾਮਸ ਪਲੀਜ਼ ਸਬਸਕ੍ਰਾਈਬ ਏਵਨ ਪੰਜਾਬੀ ਟੀਵੀ, ਐਂਡ ਫੋਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼।